ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਸਾਹਿਬ ਦਾ? ਹੋਪ ਸਾਰੇ ਵਧੀਆ ਹੋਵੋਗੇ। ਅਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਨਵਾਂ ਵਲੋਗ। ਇਹ 'ਚ ਆਪਾਂ ਕਰਾਂਗੇ ਟਰਾਲੀ ਤਿਆਰ ਅਤੇ ਜਾਵਾਂਗੇ ਸਰਹੰਦ। ਪਹਿਲਾਂ ਹੁਣ ਟਰਾਲੀ ਵਾਸ਼ ਕਰ ਲਈਏ, ਵਾਸ਼ ਕਰਕੇ ਫਿਰ ਆਪਾਂ ਇਹਦਾ ਕੱਸਾਂਗੇ ਬੈੱਡ। ਬੈੱਡ ਕੱਸ ਕੇ ਵੀ ਉੱਤੇ ਤਰਪਾਲ ਤਰਪੂਲ ਪਾਵਾਂਗੇ। ਅਤੇ ਅੱਜ ਹੋ ਗਈ 22 ਤਰੀਕ ਅਤੇ 23 ਨੂੰ ਅਸੀਂ ਤੁਰਨਾ 12-1 ਵਜੇ। ਅਤੇ ਬਣੇ ਰਹੋ ਵੀਡੀਓ ਦੇ ਨਾਲ। ਅਤੇ ਮੇਰਾ ਵੀਰ ਜਿਨ੍ਹਾਂ ਨੇ ਮੇਰੇ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਉਹ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ। ਅਤੇ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਤਹਿ ਦਿਲੋਂ ਧੰਨਵਾਦ। ਮੈਂ ਸਾਬਾ ਹਾਂ, ਕਰਨੇ ਆ ਅਸੀਂ ਤਿੰਨਾਂ ਜਣਿਆਂ ਦਾ ਟੋਲਾ, ਅੱਜ ਲੱਗੂਗਾ ਟਰਾਲੀ ਦੁਆਲੇ। ਚਲੋ ਮਿਲਦੇ ਹਾਂ ਜੀ। ਇੱਕ ਪਾਸੇ ਹੋਇਆ ਬਹੁਤ ਭਾਰਾ ਬੈੱਡ ਆ, ਜਦੋਂ ਤਾਂ ਥੱਲੇ ਲਾਇਆ ਸੀ ਉਦੋਂ ਤਾਂ ਬੰਦੇ ਜ਼ਿਆਦਾ ਸੀਗੇ, ਪਰ ਹੁਣ ਕੱਸਣ ਲੱਗੇ ਅਸੀਂ ਥੋੜ੍ਹੇ ਜਿਹਾ, ਤਾਂ ਪਤਾ ਲੱਗ ਗਿਆ ਇੱਕ ਵਾਰੀ। ਅਜੇ ਨਟ ਲੂਜ਼ ਕਰਾਂਗੇ, ਇੱਕ ਸਾਈਡ ਹੋਏਗਾ, ਦੂਜੀ ਸਾਈਡ ਕਰਾਂਗੇ। ਟਰਾਲੀ ਧੋ ਲਈ, ਦੇਖ ਸਕਦੇ ਹਾਂ ਪੂਰੀ ਫਰੈਸ਼ ਹੋ ਗਿਆ ਕੰਮ। ਬਣਦੀ ਕੂਪਾ ਲੈ ਕੇ ਨਹੀਂ, ਗਿੱਲ ਸਾਹਿਬ ਹੁਣੀ ਸਾਡੇ ਖੜ੍ਹੇ ਆ ਉੱਦਾਂ ਹੀ। ਕੋਈ ਇਹ ਕਹਿੰਦੇ ਨਾ ਮੈਂ ਜਾਣਾ ਅਤੇ ਨਾ ਮੈਂ ਹੱਥ ਲਾਉਣਾ, ਬਹੁਤ ਬਹੁਤ ਮਾੜੀ ਗੱਲ ਇਹਨਾਂ ਦੀ। ਟਰਬੋ ਤੂੰ ਕਰਦਾ ਇੱਥੇ ਹੈਂ? ਚਲੀਏ ਫਿਰ ਮੁੰਡੇ, ਕਰੀਏ ਕੁਛ ਹੋਰ ਹੈਂ? ਅੱਖਾਂ ਖੋਲ ਸੌ ਗਿਆ ਕਿਉਂ? ਆ ਨੀ ਖੋਲਣੇ, ਇਹ ਤਾਂ ਰਹਿਣ ਤੇ ਆ, ਇਹ ਥੋੜੀ ਖੋਲਣੇ ਆ, ਉੱਪਰ ਹੀ ਕੱਲ ਲਾਉਣਾ। ਚਲੀਏ ਮਾਤਾ ਕੱਲ ਨੂੰ ਸਰਹੰਦ ਨੂੰ ਹੈਂ? ਚੱਲ ਫਿਰ ਠੀਕ ਆ, ਪਾ ਲਓ ਕੱਪੜੇ ਕੁਪੜੇ ਹੋ ਜਾਓ ਯਾਰ ਤੁਸੀਂ। ਆਹੋ ਠੀਕ ਆ ਗੇ, ਨਾਲ ਬੀਬੀ ਬੂਬੀਆਂ ਤਿਆਰ ਕਰ ਲਾ। ਕੋਈ ਨੀ, ਕਿਸੇ ਦਿਨ ਲੈ ਕੇ ਚੱਲਾਂਗੇ ਸੰਗਤ ਵੀ ਯਾਰ, ਉੱਦਾਂ ਆਪਣੇ ਪਿੰਡੋਂ ਬੀਬੀਆਂ ਹੋ ਜਾਣਗੀਆਂ, ਸਾਬੇ ਹੋਣਾ ਕਿ ਘਰੋਂ ਕਰਨਗੇ ਘਰੋਂ ਸਾਰੀਆਂ। ਆਹੋ ਵੀ ਚਲੋ, ਜਿਹੜਾ ਸੰਗਤ 'ਚ ਜਾਣਾ ਉਹ ਥੋੜ੍ਹਾ ਜ਼ਿਆਦਾ ਵਧੀਆ ਹੈਂ। ਮੱਝ ਸੂਣ ਵਾਲੀ ਮੰਮੀ ਕਹਿੰਦੀ ਸੂ ਫੈਣੀ, ਕੋਈ ਨਹੀਂ ਆਪੇ ਉਹ ਕਿਉਂ ਮੈਂ ਕਹਤੋਂ ਬੰਦ ਕਰਾਂ, ਤੈਨੂੰ ਕੀ ਹੋਇਆ? ਹਾਂ ਦੇਖ ਲਓ ਵੀ ਆਪਣੇ 50 ਨਟ ਆ, ਜੇ ਅੱਧੇ ਕਸ ਹੋਏ ਆ, ਪਰ ਆਹ ਤਾਂ ਨਟਾਂ ਦੀ ਖਾਸੀਅਤ ਆ ਵੀ ਇਹਨੂੰ ਕੋਈ ਜੰਗਾਲ ਜੰਗੂਲ ਨਹੀਂ ਪੈਂਦਾ। ਇਹ ਦੂਜੇ ਜਿੰਕ ਵਾਲੇ ਆ ਨਾ, ਹਾਂ ਅਜੇ ਆ ਇੱਧਰ ਪਿਆ ਜੰਗਲਾ ਜਿਹਾ। ਹੈਂ ਕੀ ਕਹਿੰਦੀ? ਆਹੋ ਬੀਬੀ ਵਧੀਆ, ਬੀਬੀ ਬੰਦਾ ਟੇਕ ਆਊਗੀ।
ਚਲੋ ਵਧੀਆ ਗੱਲ ਆ ਚਲ ਕਹੇ ਤਾਂ ਕਰ 500 ਰੁਪਏ ਹਾਂ
I'm gonna go to the bathroom.
ਕੇ ਮਾਰੀ ਫੋਨ। ਲਓ ਜੀ ਹੋ ਗਈ ਟਰਾਲੀ ਰੈਡੀ, ਚਲੋ ਚੈੱਕ। ਬਹੁਤ ਪੱਥਿਆ ਕਰਨੀ ਪਈ ਇੱਥੇ, ਇੱਕ ਉੱਪਰ ਪਾਤੀ ਤਰਪਾਲ, ਦੋ ਇਹਦੇ ਵਿੱਚ ਪਾਤੀਆਂ। ਮੋਰੇ ਮਿੱਟੀ ਦੇ ਬੋਰੇ ਰੱਖੇ, ਭਰ ਕੇ ਦੋ ਹੋਰ ਰੱਖਣੇ ਆ। ਜਿਹੜਾ ਜਿਹੜਾ ਟਰੈਕਟਰ ਆ ਉਹ ਥੋੜ੍ਹਾ ਜਿਹਾ ਦਾਬੂ ਚੱਲੂਗਾ, ਕਿਉਂਕਿ ਕਈ ਵਾਰੀ ਸੰਗਤ ਪਿੱਛੇ ਬਹਿ ਜਾਂਦੀ ਆ ਪਰ ਹੁੱਕ ਚ ਵੱਜਦੀ ਜਾਂਦੀ ਟਰਾਲੀ, ਅਤੇ ਇਸ ਕਰਕੇ ਆਪਾਂ ਪਹਿਲਾਂ ਹੀ ਉਹਦਾ ਕਰ ਲੈਣਾ। ਅਤੇ ਮੋਰੇ ਅਸੀਂ ਲਾਤਾ ਆ, ਤੁਸੀਂ ਦੇਖ ਸਕਦੇ ਆ, ਹੈਗਾ ਲਿਫਾਫਾ ਜਿਹਾ, ਕੀ ਕਹਿੰਦੇ ਫਿਲਮ ਕਹਿੰਦੇ ਜਿਹੜੀ ਗੱਡੀਆਂ ਦੇ ਸ਼ੀਸ਼ੇ 'ਤੇ ਜਿਹੜੀ ਲੱਗਦੀ ਹੁੰਦੀ ਆ ਉਹਨੂੰ ਅਸੀਂ ਲਾਤਾ, ਵੀ ਜਿਹੜਾ ਇੱਕ ਹਵਾ ਨਾ ਹੋ ਕਿ ਇੱਕ ਪਿੱਛੇ ਦੇਖਣ ਨੂੰ ਸਹੀ ਵਧੀਆ ਰਹੂਗਾ। ਆਹ ਦੇਖ ਸਕਦੇ ਸੋ, ਜੇ ਤੁਹਾਨੂੰ ਵਲੌਗ ਵਧੀਆ ਲੱਗਾ ਤਾਂ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਲਾਈਕ ਸ਼ੇਅਰ ਕਰ ਦਿਓ। ਅਤੇ ਆਪਾਂ ਕੱਲ੍ਹ ਮਿਲਦੇ ਹਾਂ ਨਵੇਂ ਵਲੌਗ ਵਿੱਚ, ਅਤੇ ਜਿੱਥੇ ਆਪਾਂ ਸਰਹੰਦ ਨੂੰ ਜਾਵਾਂਗੇ, ਰਸਤੇ ਵਿੱਚ ਜਿਹੜੇ ਗੁਰਦੁਆਰੇ ਆਉਣਗੇ ਸਾਰਿਆਂ ਦੇ ਦਰਸ਼ਨ ਕਰਾਂਗੇ ਅਤੇ ਨਾਲੇ ਤੁਹਾਨੂੰ ਕਹਾਂਗੇ। ਸੋ ਥੈਂਕ ਫੋਰ ਵਾਚਿੰਗ, ਮਿਲਦੇ ਹਾਂ ਅਗਲੇ ਵਲੌਗ 'ਚ।